ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਵੇਂ ਆਪ ਸਭ ਜਾਣਦੇ ਹੋ ਕਿ ਸ਼ਹਿਰ ਹਸਨ ਅਬਦਾਲ ਵਿਖੇ ਸਾਡੇ ਹੀ ਗੁਰਸਿੱਖ ਪਰਿਵਾਰ ਚੋਂ ਇਕ ਬੱਚੀ ਲਾਪਤਾ ਹੋ ਚੁੱਕੀ ਹੈ। ਅੱਜ ਮੈਂ ਆਪ ਜੀ ਦੇ ਸਾਹਮਣੇ ਹੋ ਕੇ ਇਸ ਘਟਨਾ ਬਾਰੇ ਦੱਸ ਰਿਹਾ। ਕੱਲ ਅਸੀਂ ਇਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਫੈਡਰਲ ਮਿਨਿਸਟਰ ਕੋਲ ਵੀ ਗਏ ਔਰ ਪਾਕਿਸਤਾਨ ਦੇ ਜਿੰਨੇ ਵੱਡੇ ਆਫਿਸਰਸ ਨੇ, ਜਿੰਨੇ ਵੀ ਇਦਾਰੇ ਨੇ, ਸਾਡੀ ਮੁਲਾਕਾਤ ਉਨ੍ਹਾਂ ਨਾਲ ਵੀ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਇਹ ਯਕੀਨ ਦਹਾਨੀ ਕਰਾਈ ਹੈ ਕਿ ਬੱਚੀ ਜਿੱਥੇ ਵੀ ਹੋਵੇ ਉਹ ਆਪਣੇ ਪਰਿਵਾਰ ਕੋਲ ਲਾਜ਼ਮੀ ਆਏਗੀ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਬੱਚੀ ਨੂੰ ਜਲਦ ਅਲ ਜਲਦ ਰਿਕਵਰ ਕਰ ਲਈਏ ਔਰ ਜਿਹੜੇ ਇਹਦੇ ਦੋਸ਼ੀ ਨੇ ਉਨ੍ਹਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਸੀਂ ਗੌਰਮੈਂਟ ਆਫ ਪਾਕਿਸਤਾਨ ਤੇ ਉਨ੍ਹਾਂ ਦੇ ਇਦਾਰਿਆਂ ਤੋਂ ਬਹੁਤ ਹੀ ਉਮੀਦ ਕਰਦੇ ਹਾਂ ਕਿ ਸਿੱਖ ਕੌਮ ਨੂੰ ਔਰ ਇਸ ਬੱਚੀ ਨੂੰ, ਇਸ ਪਰਿਵਾਰ ਨੂੰ ਇਨਸਾਫ ਮਿਲੇਗਾ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਰਿਵਾਰ ਦੇ ਦੁੱਖ ਵਿਚ ਬਰਾਬਰ ਦੇ ਸ਼ਰੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ